ਪੰਜਾਬ ਚੋਂ ਜਿਹੜਾ ਝੋਨਾ ਖਰੀਦਿਆ ਜਾਂਦਾ ਹਰ ਸਾਲ ਇਹ ਭਾਰਤ ਸਰਕਾਰ ਦੀਆਂ ਜਿਹੜੀ ਏਜੰਸੀ ਆ ਫੂਡ ਕਾਰਪੋਰੇਸ਼ਨ ਆਫ ਇੰਡੀਆ ਉਹ ਖਰੀਦਦੀ ਹੈ ਔਰ ਖਰੀਦਣ ਤੋਂ ਪਹਿਲਾਂ ਤਮਾਮ ਮਾਪਦੰਡ ਕੁਆਲਿਟੀ ਨੂੰ ਲੈ ਕੇ ਚੈੱਕ ਕੀਤੇ ਜਾਂਦੇ ਆ ਉਸ ਤੋਂ ਬਾਅਦ ਹੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜਾ ਹੈ ਝੋਨੇ ਨੂੰ ਜਿਹੜਾ ਹੈ ਬਾਏ ਕਰਦੀ ਹੈ ਆ ਜਿਹੜੀਆਂ ਹੁਣ ਖਬਰਾਂ ਚੱਲ ਰਹੀਆਂ ਕਰਨਾਟਕਾ ਨੇ ਪੰਜਾਬ ਦੇ ਚੌਲਾਂ ਦੀ ਕੁਆਲਿਟੀ ਨੂੰ ਲੈ ਕੇ ਕਈ ਓਬਜੈਕਸ਼ਨ ਕੀਤੇ ਮੈਨੂੰ ਲੱਗਦਾ ਇਹ ਪੰਜਾਬ ਦੇ ਖਿਲਾਫ ਬੜੀ ਇੱਕ ਵੱਡੀ ਕੌਨਸਪਰੇਸੀ ਹੋ ਰਹੀ ਹੈ ਸਾਜਿਸ਼ ਰਚੀ ਜਾ ਰਹੀ ਹੈ ਔਰ ਆਪਾਂ ਦੇਖਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਗਾਹੇ ਬਗਾਹੇ ਭਾਰਤ ਸਰਕਾਰ MSP ਦੇਣ ਤੋਂ ਪੰਜਾਬ ਦਾ ਝੋਨਾ ਖਰੀਦਣ ਤੋਂ ਟਾਲਾ ਵੱਟਦੀ ਹੈ ਔਰ ਕਿਤੇ ਨਾ ਕਿਤੇ ਕਾਲੇ ਕਾਨੂੰਨ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਸੀ ਉਹਨਾਂ ਦਾ ਬਦਲਾ ਲਿਆ ਜਾ ਰਿਹਾ ਔਰ ਆਪਾਂ ਦੇਖਿਆ ਪਿਛਲੇ ਦਿਨਾਂ 'ਚ BJP ਦੇ ਜਿਹੜੇ ਸੀਨੀਅਰ ਲੀਡਰ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ MSP ਜਿਹੜੀ ਆ ਉਹ ਭਾਰਤ ਸਰਕਾਰ ਨੇ ਬਹੁਤ ਲੰਬੇ ਸਮੇਂ ਤੱਕ ਦੇਣੀ ਨਹੀਂ ਸੋ ਇਹ ਤਮਾਮ ਹੀਲੇ ਵਸੀਲੇ ਪੰਜਾਬ ਦੇ ਕਿਸਾਨਾਂ ਤੋਂ ਜਿਹੜਾ ਆ ਝੋਨਾ ਨਾ ਖਰੀਦਣ ਦੇ ਬਹਾਨੇ ਪੰਜਾਬ 'ਚੋਂ ਇੱਕ ਇੱਕ ਦਾਣਾ ਜਿਹੜਾ ਖਰੀਦਿਆ ਜਾਂਦਾ ਉਹਦੀ ਕੁਆਲਿਟੀ ਤਮਾਮ ਮਾਪਦੰਡ ਫੂਡ ਕਾਰਪੋਰੇਸ਼ਨ ਆਫ ਇੰਡੀਆ FCI ਪਹਿਲਾਂ ਚੈੱਕ ਕਰਦੀ ਹੈ ਫਿਰ ਉਹਦਾ ਰੱਖ ਰਖਾਵ ਕਰਨਾ ਵੀ ਉਹਦੀ ਜ਼ਿੰਮੇਵਾਰੀ ਹੈ ਅਤੇ ਅੱਜ ਇੱਕ ਸਾਲ ਬਾਅਦ ਕੁਆਲਿਟੀ 'ਤੇ ਸਵਾਲ ਖੜ੍ਹੇ ਕਰਨੇ ਮੈਨੂੰ ਲੱਗਦਾ ਹੈ ਵੀ ਇਹ ਜਿਹੜੀ ਮੰਸ਼ਾ ਆ ਭਾਰਤ ਸਰਕਾਰ ਦੀ ਉਹ ਮੰਸ਼ਾ ਸ਼ੱਕ ਦੇ ਘੇਰੇ 'ਚ ਹੈ ਉਹ ਮੰਸ਼ਾ ਜਿਹੜੀ ਭਾਰਤ ਸਰਕਾਰ ਦੀ ਇਹ ਦਰਸਾ ਰਹੀ ਹੈ ਕਿ ਕਾਲੇ ਕਾਨੂੰਨ ਬੇਸ਼ੱਕ ਇਹਨਾਂ ਨੇ ਵਾਪਸ ਲੈ ਲਏ ਲੇਕਿਨ ਕਿਸਾਨਾਂ 'ਤੇ ਇਨਡਾਇਰੈਕਟ ਤੌਰ 'ਤੇ ਜਿਹੜੇ ਖੇਤੀ ਨਾਲ ਸੰਬੰਧਿਤ ਕਾਲੇ ਕਾਨੂੰਨ ਇਹ ਥੋਪਣ ਜਾ ਰਿਹਾ MSP ਨੂੰ ਲੈ ਕੇ ਵੀ ਇਹ ਜਿਹੜੀ ਇਹਨਾਂ ਦੀ ਜਿਹੜੀ ਮੰਸ਼ਾ ਹੈ ਭਾਰਤ ਸਰਕਾਰ ਦੀ ਨੀਅਤ ਹੈ ਉਹ ਬੜੇ ਖੋਟ ਹੈ ਉਹਦੇ 'ਚ ਔਰ ਵਾਰ ਵਾਰ ਉਹਨਾਂ ਨੇ ਇਨਡਾਇਰੈਕਟਲੀ ਇਹ ਕਈ ਵਾਰ ਸੁਚੇਤ ਕੀਤਾ ਦੱਸਿਆ ਕਿ MSP ਲੰਬੇ ਸਮੇਂ ਤੱਕ ਦਿੱਤੀ ਨਹੀਂ ਜਾ ਸਕਦੀ ਸੋ ਤਮਾਮ ਜਿਹੜੀਆਂ ਇਹ ਗੱਲਾਂ ਹੈ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜਿਹੜਾ ਰਵੱਈਆ ਆ ਉਹ ਨਕਾਰਾਤਮਕ ਰਵੱਈਏ ਦੇ ਪਿੱਛੇ ਭਾਰਤ ਸਰਕਾਰ ਦੀ ਜਿਹੜੀ ਪੂਰੀ ਸਾਜਿਸ਼ ਹੈ।